ਸਾਨੂੰ ਭੇਜਿਆ ਸੀ ਉਹਨਾਂ ਨੇ ਸਾਨੂੰ ਖੋਲ ਕੇ ਰੱਖ ਦਿੱਤਾ। ਓਏ ਕੇ ਬਾਕੀ ਦਾ ਕਿੱਥੇ ਹੀ? ਇੱਕ ਉਹਨਾਂ ਨੇ ਪੁੱਟ ਲਿਆ। ਉਹ ਹੋਇਆ ਕੀ ਏ? ਮਾਤੇ ਖੂਹ ਤੇ ਤੁਸੀਂ ਭੇਜਿਆ ਸੀ, ਉਹਦੇ ਖੂਹ ਖਾਤਾ ਹੋ ਗਿਆ। ਓਏ ਕਿਸੇ ਨੇ ਕੋਈ ਤਕਲੀਫ ਤੇ ਨਹੀਂ ਦਿਆਦਾ ਤੈਨੂੰ? ਆਈ ਨਹੀਂ ਤਕਲੀਫ ਤੇ ਨਹੀਂ, ਇਹ ਤਾਂ ਖੁਸ਼ੀ ਦਾ ਕੰਮ ਸੀ। ਕੋਈ ਸ਼ੱਕ ਨਹੀਂ,
ਪਰਾਂ ਕਰ ਲੈ ਤੇ ਕੁਛ ਵੀ ਨਹੀਂ ਹੋ। ये माइक है। माइक है? हाँ। आए सली। हाँ। और जड़ा मिनू चमड़े आसी उन्हें कंजर ने पानी दो जोड़े साड़ी। मैंने एंडर भी उन्हें बात देता। आए। पहले उधर ना झूठे लेंगी रही है। एक गिटार से माइक। हैं? गिटार से माइक। तकरीबन एड़ा गुण है। मैं जगह थोड़ी है। पिछले अंदर गई ते कहते थोड़ा थोड़ा उत्ते हो जो असि उत्ते कहते थोड़ा जे थले हो जो पहले डेढ़ घंटा तो उत्ते थले ही होंगे रहे उस तो बाद मैं कहना इंज हो जा इंज मतलब मैं जो इंज हुई तो आप इंज हो गया मेरा ख्याल मेरा भरा उत मैं वेखन डाया जो तो मैंने कहना इंज हो जाते आप इंज हो गया मैं तू इंज हो गया कहता जिंज तेन पैसे दिते नहीं उंज ही होना एक होर आ गया कहता तू इंज हो जानू इंज करके तो आप उंज हो गया उन्हें मेरी सारी मुंज पुट छी मैं क्या जी इंजो ना ना हो तो कम कुत्ता ही है लतां लुतां मार के अपना बचा कर लिया मेनू तो कंजरा ने पैर ही नहीं जमीन ते लगड़ दिते कंजर पहला मेनू तान सुट दे सन अच्छा जो बहुता मैं उत्ते जाती सर थलो सीधे हो जाते सन
ਪਹਿਲੇ ਇੱਕ ਦੋ ਵਾਰੀ ਤੇਰਾ ਨਿਸ਼ਾਨਾ ਮਿਸ ਹੋਇਆ ਨਾ, ਉਦੋਂ ਇਹਨੂੰ ਤਕਲੀਫ ਹੋਈ। ਫਿਰ ਇਹਦਾ ਟਾਰਗੇਟ ਪੱਕਾ ਹੋ ਗਿਆ। ਮੈਨੂੰ ਇੱਕ ਕਣਕਾਂ ਚ ਲੈ ਬੜਿਆ। ਅੱਛਾ, ਹਾਂ, ਅੱਖਾਂ ਮੇਰੀਆਂ ਬਣ ਲਈਆਂ ਤੇ ਹੱਥ ਮੇਰੇ ਕੰਨੇ ਉੱਡੇ ਸਨ। ਮੈਂ ਸੋਚਾਂ ਲਿਆਇਆ ਕਣਕਾਂ ਚ ਅੱਗੋਂ ਲੱਭਣ ਕੰਨੇ ਦੇ ਨੇ। ਕਣਕਾਂ ਉੱਥੇ ਉੱਗੀਆਂ ਸੀ, ਗੰਨੇ ਉਹਨਾਂ ਦੇ ਆਪਣੇ ਸੀ, ਉਹ ਨਾਲ ਲਿਆਏ ਸੀ ਅਗਲੇ ਕਿ ਚੂਪੋ ਪਹਿਲੇ। ਅੱਛਾ ਬਾਜੀ, ਹੋਰ ਗੱਲਾਂ ਦੀਆਂ ਗੱਲਾਂ, ਤੇਰੇ ਨੈਣ ਲਕਸ਼ ਦੱਸਣ ਦੇ ਨੇ ਕਿ ਤੂੰ ਪੈਂਠਾਂ ਨੂੰ ਹੱਥ ਪਾਣ ਲਈ ਹੈ। ਵੈਸੇ ਪੈਂਠ ਨਹੀਂ, ਇੱਥੇ ਤੇ 70 ਸਨ। ਵੈਸੇ ਹੋਇਆ ਕੀ? ਇਹ ਆ ਵੇਲ ਲੱਗੀ ਹੋਇਆ ਅੱਖ ਲਾਉਂਦਾ ਵੇਖਿਆ ਉਹਨੇ। ਮਸਲਾ ਇਹ ਹੋਇਆ, ਜਦੋਂ ਪਹਿਲਾਂ ਆਇਆ ਨਾ ਉਦੋਂ ਤਾਂ ਮੈਨੂੰ ਹੋਸ਼ ਰਹੀ ਤੇ ਮੈਂ ਕਿਹਾ ਥੋੜਾ ਜਿਹਾ ਤੇਲ ਫੜ ਤੇ ਉਹ ਪੇਂਡੂ ਸੀ ਅੰਦਰੋਂ ਮੁੱਛਾਂ ਨਾਲ ਲਾ ਕੇ ਲਾ ਲਿਆ ਲਾ ਕੇ ਕਹਿੰਦਾ ਇੱਕ ਪਠਾਨ ਫੜ ਕੇ ਮੈਨੂੰ ਸਾਈਡ ਤੇ ਲੈ ਗਿਆ, ਕਹਿੰਦਾ ਪਤਾ ਨੀ ਕਿੰਨਾ ਕੁ ਜੀ ਕਰਦਾ। ਤੇ ਇਹਦੇ ਵੱਲ ਮੈਂ ਵੇਖਿਆ ਦੂਰ ਖਲੋਤੀ ਰੋਣ ਡਈ ਸੀ, ਮੈਂ ਕਿਹਾ ਤੈਨੂੰ ਕੀ ਹੋਇਆ? ਕਹਿੰਦੀ ਮੇਰਾ ਜੀ ਵੀ ਨੀ ਸੀ ਕਰਦਾ। ਪਾਣੀ ਪੀਣ ਲਈ ਬਾਜੀ ਬੰਦਿਆਂ ਸਹੇਲੀ, ਮੈਂ ਉਹਨਾਂ ਦੇ ਨੈਣ ਨਕਸ਼ ਤੇ ਨਹੀਂ ਜਾਣਦੀ, ਲੇਕਿਨ ਉਹਨਾਂ ਦਰਦਾਂ ਤੋਂ ਵਾਕਫ ਹਾਂ। ਜੇ ਦੁਬਾਰਾ ਹੋਣ ਤਾਂ ਮੈਂ ਬੰਦੇ ਫੜ ਲਾਂਗੀ। ਸੇਲੀ ਬੜੀ ਹੁੰਦੀ ਤੇ ਪਹਿਲੇ ਨਾ ਫੜ ਲੈਂਦੀ। ਸੇਲੀ ਵੇ ਮੇਰੀ ਗੱਲ ਸੁਣ, ਮੈਂ ਆਈ ਟੀਵੀ ਤੇ ਚਲ, ਠੀਕ ਨਹੀਂ ਤੇ ਮੈਂ ਤੇਰਾ ਵੀ ਫੰਕਸ਼ਨ ਕਰਨੀ ਹੈ। ਮੈਂ ਨਹੀਂ, ਤੇ ਇਹ ਖਲਾਰਾ ਕਿਵੇਂ ਪਿਆ ਹੈ? ਮੇਰੀ ਭੈਣ ਨੂੰ ਮੈਂ ਇੱਕ ਕੀਤਾ ਤੇ ਬੰਨੇ ਲੱਗੀ ਆ। ਤੇਰਾ ਬੰਨਾ ਛੋਟਾ ਸੀ ਨਾ, ਹਾਂ, ਇਸ ਲਈ ਬੰਨੇ ਹੋ ਗਿਆ। ਅੱਛਾ, ਹੁਣ ਤਾਂ ਤਕਲੀਫ ਹੋ ਰਹੀ ਹੈ? ਤਕਲੀਫ ਤੇ ਪਹਿਲੇ 2-3 ਵਾਰੀ ਹੋਈ, ਅੱਛਾ, ਹੁਣ ਤੇ ਉਹਨਾਂ ਦੀ ਤਲਬ ਹੋਣ ਡਈ।